ਛੋਟੇ ਦੇ ਡੋਪ ਟੈਸਟ ਕਰਾਉਣਿਓ ਮੁੱਖ ਮੰਤਰੀ ਦਾ ਕਰਾਓ ਆਪਦੇ ਮੰਤਰੀਆਂ ਦੇ ਕਰਾਓ ਆਪਦੀ ਪੁੱਤ ਤੇ ਆਪਸਰਾ ਦੇ ਕਰਾਓ ਜੇ ਡੋਪ ਟੈਸਟ ਕਰਾਉਣਿਓ ਉਹ ਕੋਈ ਮੁਲਾਜ਼ਮ ਨਹੀਂ ਉਹ ਕੋਈ ਨਮਾਇੰਦਾ ਨਹੀਂ ਉਹ ਇੱਕ ਸਮਾਜ ਦਾ ਇੱਕ ਕਾਰਕਟਰ ਹੈ ਉਹ ਸਮਾਜ ਦਾ ਸਮਾਜਿਕ ਸੇਵੀ ਹੈ ਜਿਹੜਾ ਸਾਡੇ ਬੱਚਿਆਂ ਨੂੰ ਬਚਾਉਣਾ ਚਾਹੁੰਦਾ ਹੈ ਜਿਹੜਾ ਐਡੀਜੀਪੀ ਗੱਲਾਂ ਕਰਦਾ ਸੀ ਕਿ ਝੋਟੇ ਤੇ ਐਨੇ ਪਰਚੇ ਆ ਝੋਟੇ ਤੇ ਝੂਠੇ ਪਰਚੇ ਵੀ ਦਰਜ ਕਰਾ ਲੇ ਤੇ ਪਰਚੇ ਦਰਜ ਕਰਨ ਵਾਲੇ ਵੀ ਮੁਕਰ ਗਏ ਪਰ ਅੱਜ ਪੰਜਾਬ ਪੁਲਿਸ ਦਾ ਉਹ ਡੀਜੀਪੀ ਕਿੱਥੇ ਅਨੂਮੂਦ ਦਿਖਾਉਣ ਦੇ ਲੈ ਕੇ ਕੀ ਕਹੇਗਾ ਉਹ ਪੰਜਾਬ ਦੇ ਅੱਜ ਜਿੰਨੇ ਜਿੱਥੋਂ ਤਾਈ ਨੌਜਵਾਨ ਜਾਂ ਸਾਡੇ ਦੋਸਤ ਬਿਸ਼ਰਕਾਏ ਆ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਇਹਨਾਂ ਤੇ ਪਰੋਥਾ ਨਾ ਕਰਿਓ ਕਿ ਪੰਜਾਬ ਪੁਲਿਸ ਨਸ਼ਾ ਬੰਦ ਕਰ ਦੂਗੀ ਪੰਜਾਬ ਦੀ ਪੁਲਿਸ ਨਹੀਂ ਇਹ ਕਲੋਨੀਅਲ ਪੁਲਿਸ ਹੈ ਪੰਜਾਬ ਦੇ ਹਰ ਅਪਰਾਧ ਦੇ ਵਿੱਚ ਇਹਨਾਂ ਦਾ ਹੱਥ ਹੈ ਜਿਹੜਾ ਵੀ ਦੋ ਨੰਬਰ ਦਾ ਕੰਮ ਹੁੰਦਾ ਉਹਦੇ ਚ ਇਹਨਾਂ ਦਾ ਹਿੱਸਾ ਹੈ ਤੇ ਨਸ਼ੇ ਪੰਜਾਬ ਪੁਲਿਸ ਦੀ ਸਰਪ੍ਰਸਤੀ ਹੇਠ बिकਤੇ ਆ ਬਾਈ ਕੱਲੀ ਇਸ ਕੰਮ ਦੇ ਵਿੱਚ ਰਾਮਪੁਰੇ ਥੂਲ ਥਾਣੇ ਦੇ ਵਿੱਚ ਗਿਆ ਉਹ ਕਹਿੰਦੇ ਵੀ ਸਾਡੇ ਪਿਛਲੇ ਦਿਨਾਂ ਦੀ 15 ਦਿਨਾਂ ਦੀ ਕ੍ਰਾਈਮ ਰਿਪੋਰਟ ਹੈ ਕਿ ਸਾਡੇ ਕੋਈ ਚੋਰੀ ਨਹੀਂ ਹੋਈ ਆਪਣੀਆਂ ਨਾਥਲਾਂ ਨੂੰ ਬਚਾਉਣ ਆਈ ਪੰਜਾਬ ਦੇ ਸਮੁੱਚੇ ਕੋਨੇ-ਕੁਨੇ ਤੋਂ ਸਮੁੱਚੀ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਹਿਤ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦਾ ਇਹ ਜੋ ਮੁੱਦਾ ਹੈ ਨਸ਼ੇ ਦਾ ਕਿ ਨਸ਼ੇ ਦੇ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ਸਭ ਤੋਂ ਵੱਡੀ ਸ਼ੱਕੀ ਹੈ ਮੈਂ ਪੰਜਾਬ ਪੁਲਿਸ ਪੰਜਾਬ ਦੀ ਪੁਲਿਸ ਹੀ ਨਹੀਂ ਇਹ ਸੈਂਟਰ ਸਰਕਾਰ ਦੀ ਕਲੋਨੀਅਲ ਪੁਲਿਸ ਹੈ ਪੰਜਾਬ ਦੀ ਪੁਲਿਸ ਨਹੀਂ ਇਹ ਕਲੋਨੀਅਲ ਪੁਲਿਸ ਹੈ ਪੰਜਾਬ ਦੇ ਹਰ ਅਪਰਾਧ ਦੇ ਵਿੱਚ ਇਹਨਾਂ ਦਾ ਹੱਥ ਹੈ ਪੰਜਾਬ ਦੇ ਵਿੱਚ ਜਿਹੜਾ ਵੀ ਦੋ ਨੰਬਰ ਦਾ ਕੰਮ ਹੁੰਦਾ ਉਹਦੇ ਚਹੇਨਾ ਦਾ ਹਿੱਸਾ ਹੈ ਤੇ ਨਸ਼ੇ ਪੰਜਾਬ ਪੁਲਸ ਦੀ ਸਰਪ੍ਰਸਤੀ ਹੇਠ बिकਦੇ ਆ ਇਹਨਾਂ ਨੂੰ ਜੋ ਆਪਾਂ ਨੂੰ ਕਦੇ ਕਿਸਾਨ ਜੁਗੀਆਂ ਨੂੰ ਕਦੇ ਮਲਾਜਮਾਂ ਨੂੰ ਹਰ ਰੋਜ਼ ਕੁੱਟਿਆ ਜਾਂਦਾ ਉਹਦੇ ਇਪਜ ਦੇ ਵਿੱਚ ਇਹਨਾਂ ਨੂੰ ਇਹ ਕੁਝ ਖੁੱਲ ਦਿੱਤੀ ਜਾਂਦੀ ਹੈ ਤੇ ਮੈਂ ਇੱਕ ਗੱਲ ਪੰਜਾਬ ਦੇ ਅੱਜ ਜਿੰਨੇ ਜਿੱਥੋਂ ਤਾਈ ਨੌਜਵਾਨ ਜਾਂ ਸਾਡੇ ਦੋਸਤ ਬਜ਼ੁਰਗ ਆਏ ਐ ਉਹਨਾਂ ਨੂੰ ਦੱਸਣਾ ਚਾਹਣਾ ਕਿ ਇਹਨਾਂ ਤੇ ਭਰੋਸਾ ਨਾ ਕਰਿਓ ਕਿ ਪੰਜਾਬ ਪੁਲਿਸ ਨਸ਼ਾ ਬੰਦ ਕਰ ਦੂਗੀ ਜੇਕਰ ਪੰਜਾਬ ਪੁਲਿਸ ਨੇ ਨਸ਼ਾ ਬੰਦ ਕਰਨਾ ਹੁੰਦਾ ਤਾਂ ਝੋਟੇ ਤੇ ਝੂਠੇ ਪੁਲਿਸ ਦੀ ਪਰਚੇ ਨਹੀਂ ਸੀ ਦਰਜ ਹੋਣੇ ਜਿਹੜਾ ਏ ਡੀ ਜੀ ਪੀ ਗੱਲਾਂ ਕਰਦਾ ਸੀ ਕਿ ਝੋਟੇ ਤੇ ਐਨੇ ਪਰਚੇ ਐ ਝੋਟੇ ਤੇ ਝੂਠੇ ਪਰਚੇ ਵੀ ਦਰਜ ਕਰਾ ਲੇ ਤੇ ਪਰਚੇ ਦਰਜ ਕਰਨ ਵਾਲੇ ਵੀ ਮੁਕਰ ਗਏ ਪਰ ਅੱਜ ਪੰਜਾਬ ਪੁਲਿਸ ਦਾ ਉਹ ਡੀਜੀਪੀ ਕਿਥੇ ਅਨੂਮੂ ਦਿਖਾਉਣ ਦੇ ਲੈ ਕੇ ਕੀ ਕਹੇਗਾ ਉਹ ਤੇ ਮੈਂ ਬੇਨਤੀ ਕਰਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ 3 ਮਹੀਨੇ ਚ ਚਿੱਟਾ ਨਸ਼ਾ ਬੰਦ ਕਰ ਦਿਆਂਗੇ ਅੱਜ ਨਸ਼ੇ ਦਾ ਕੀ ਹਾਲ ਹੈ ਤੇ ਜਿਹੜੇ ਛੋਟੇ ਦੇ ਡੋਪ ਟੈਸਟ ਕਰਾਉਂਦੇ ਫਿਰਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਜੇ ਤੁਸੀਂ ਡੋਪ ਟੈਸਟ ਹੀ ਕਰਾਉਣੇ ਆ ਆਪਦੇ ਮੁੱਖ ਮੰਤਰੀ ਦਾ ਕਰਾਓ ਪਹਿਲਾਂ ਛੋਟੇ ਦੇ ਛੋਟੇ ਦੇ ਡੋਪ ਟੈਸਟ ਕਰਾਉਣਿਓ ਮੁੱਖ ਮੰਤਰੀ ਦਾ ਕਰਾਓ ਆਪਦੇ ਮੰਤਰੀਆਂ ਦੇ ਕਰਾਓ ਆਪਦੀ ਪੁਲਤਸ ਤੇ ਅਫਸਰਾਂ ਦੇ ਕਰਾਓ ਜੇ ਡੋਪ ਟੈਸਟ ਕਰਾਉਣਿਓ ਉਹ ਕੋਈ ਮੁਲਾਜ਼ਮ ਨਹੀਂ ਉਹ ਕੋਈ ਨਮਾਇੰਦਾ ਨਹੀਂ ਉਹ ਇੱਕ ਸਮਾਜ ਦਾ ਇੱਕ ਕਰ ਕਰਤਾ ਉਹ ਸਮਾਜ ਦਾ ਸਮਾਜਿਕ ਸੇਵੀ ਹੈ ਜਿਹੜਾ ਸਾਡੇ ਬੱਚਿਆਂ ਨੂੰ ਬਚਾਉਣਾ ਚਾਹੁੰਦਾ ਹੈ ਤੇ ਮੈਂ ਇੱਕੋ ਹੀ ਬੇਨਤੀ ਕਰਕੇ ਮਾਫੀ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਬੱਚੇ ਬਚਾਉਣਿਓ ਆਹ ਭਾਈ ਰੂਪੇ ਸੈਣ ਦੇ ਉੱਤੇ ਆਹ ਬੁਰਜਕਿਲ ਸਾਹਿਬ ਬੈਠੇ ਹੈ ਇੱਥੇ ਕਮੇਟੀਆਂ ਬਣੀਆਂ ਸਖਤ ਇਹਨਾਂ ਨੇ ਨਸ਼ਾ ਬੰਦ ਕਰਤਾ ਮੈਂ ਕੱਲੀ ਕਿਸੇ ਕੰਮ ਦੇ ਵਿੱਚ ਰਾਮਪੁਰੇ ਫੂਲ ਥਾਣੇ ਦੇ ਵਿੱਚ ਗਿਆ ਉਹ ਕਹਿੰਦੇ ਵੀ ਸਾਡੇ ਪਿਛਲੇ ਦਿਨਾਂ ਦੀ 15 ਦਿਨਾਂ ਦੀ ਕ੍ਰਾਈਮ ਰਿਪੋਰਟ ਹੈ ਕਿ ਸਾਡੇ ਕੋਈ ਚੋਰੀ ਨਹੀਂ ਹੋਈ ਸਾਡੇ ਕਿਸੇ ਦੀ ਚੈਨ ਨਹੀਂ ਪੱਤੀ ਗਈ ਸਾਡੇ ਕਿਸੇ ਨਾਲ ਕਿਸੇ ਨੇ ਕਿਸੇ ਦੇ ਘਰੋਂ ਟਰਾਂਸਫਰਮ ਨਹੀਂ ਲਿਆ ਜ਼ਿੰਮੇਦਾਰ ਦਿਓ ਕਿਉਂਕਿ ਸਾਰੇ ਨਸ਼ੇ ਵਾਲੇ ਕਰਦੇ ਆ ਤੇ ਮੈਂ ਬੇਨਤੀ ਕਰਾਂਗਾ ਇਹੀ ਝੋਟੇ ਨੂੰ ਅੱਜ ਆਪਣੀ ਆਵਾਜ਼ ਹੋਵੇਗੀ ਕਿ ਆਪਾਂ ਹਰ ਪਿੰਡ ਦੇ ਵਿੱਚ ਕਾਕ ਨਸ਼ਾ ਕਮੇਟੀਆ ਬਣਾ ਕੇ ਜਿਹੜਾ ਇਹ ਪ੍ਰਸ਼ਾਸਨ ਨੇ ਝੋਟੇ ਨੂੰ ਅੰਦਰ ਕਰਿਆ ਨਾ ਇਹ ਤਾਂ ਇਹ ਕਹਿਣਗੇ ਕਿ ਸਾਡੀਆਂ ਦੁਕਾਨਦਾਰੀਆਂ ਬੰਦ ਕਰਤੀਆਂ ਸੀ ਤਾਂ ਪੰਗਾ ਲੈ ਲਿਆ ਝੋਟੇ ਨੂੰ ਅੰਦਰ ਕਰਕੇ ਤੇ ਅਸੀਂ ਝੋਟੇ ਦੇ ਨਾਂ ਤੇ ਪਿੰਡ ਪਿੰਡ ਕਮੇਟੀਆ ਬਣਾਈਏ ਮੈਂ ਅਖੀਰ ਦੇ ਵਿੱਚ ਇੱਕੋ ਹੀ ਨਾਰਾ ਲਾਵਾਗਾ ਤੇ ਮੈਨੂੰ ਆਸ ਹੈ ਕਿ ਉਹ ਨਾਰਾ ਪਿੰਡ ਪਿੰਡ ਪਹੁੰਚੇਗਾ ਮੈਂ ਕਹੂੰਗਾ ਨਸ਼ਾ ਗਲੀ ਗਲੀ ਹੈ ਤੁਸੀਂ ਕਹਿਣਾ ਚੋਰਾ ਨਾ ਕੁੱਤੀ ਰਲੀ ਹੈ ਨਸ਼ਾ ਕਲੀ ਕਲੀ ਹੈ ਨਸ਼ਾ ਕਲੀ ਕਲੀ ਹੈ ਨਸ਼ਾ ਕਲੀ ਕਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀਆਂ ਨਥਲਾਂ ਨੂੰ ਬਚਾਉਣ ਆਈ ਪੰਜਾਬ ਦੇ ਸਮੁੱਚੇ ਕੋਨੇ-ਕੋਨੇ ਤੋਂ ਸਮੁੱਚੀ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਹਿਤ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦਾ ਇਹ ਜੋ ਮੁੱਦਾ ਹੈ ਨਸ਼ੇ ਦਾ ਕਿ ਨਸ਼ੇ ਦੇ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ਸਭ ਤੋਂ ਵੱਡੀ ਸ਼ੱਕੀ ਹੈ ਮੈਂ ਪੰਜਾਬ ਪੁਲਿਸ ਪੰਜਾਬ ਦੀ ਪੁਲਿਸ ਹੀ ਨਹੀਂ ਇਹ ਸੈਂਟਰ ਸਰਕਾਰ ਦੀ ਕਲੋਨੀਅਲ ਪੁਲਿਸ ਹੈ ਪੰਜਾਬ ਦੀ ਪੁਲਿਸ ਨਹੀਂ ਇਹ ਕਲੋਨੀਅਲ ਪੁਲਿਸ ਹੈ ਪੰਜਾਬ ਦੇ ਹਰ ਅਪਰਾਧ ਦੇ ਵਿੱਚ ਇਹਨਾਂ ਦਾ ਹੱਥ ਹੈ ਪੰਜਾਬ ਦੇ ਵਿੱਚ ਜਿਹੜਾ ਵੀ ਦੋ ਨੰਬਰ ਦਾ ਕੰਮ ਹੁੰਦਾ ਉਹਦੇ ਚ ਇਹਨਾਂ ਦਾ ਹਿੱਸਾ ਹੈ ਤੇ ਨਸ਼ੇ ਪੰਜਾਬ ਪੁਲਿਸ ਦੀ ਸਰਪ੍ਰਸਤੀ ਹੇਠ बिकਦੇ ਆ ਇਹਨਾਂ ਨੂੰ ਜੋ ਆਪਾਂ ਨੂੰ ਕਦੇ ਕਿਸਾਨ ਚੁੰਨੀਆਂ ਨੂੰ ਕਦੇ ਮਲਾਜਮਾਂ ਨੂੰ ਹਰ ਰੋਜ਼ ਕੁੱਟਿਆ ਜਾਂਦਾ ਹੈ ਉਹਦੇ ਇਬਜ ਦੇ ਵਿੱਚ ਇਹਨਾਂ ਨੂੰ ਇਹ ਕੁਝ ਖੁੱਲ ਦਿੱਤੀ ਜਾਂਦੀ ਹੈ ਤੇ ਮੈਂ ਇੱਕ ਗੱਲ ਪੰਜਾਬ ਦੇ ਅੱਜ ਜਿੰਨੇ ਜਿੱਥੋਂ ਤਾਈ ਨੌਜਵਾਨ ਜਾਂ ਸਾਡੇ ਦੋਸਤ ਬਜ਼ੁਰਗ ਆਏ ਐ ਉਹਨਾਂ ਨੂੰ ਦੱਸਣਾ ਚਾਹਣਾ ਕਿ ਇਹਨਾਂ ਤੇ ਭਰੋਸਾ ਨਾ ਕਰਿਓ ਕਿ ਪੰਜਾਬ ਪੁਲਿਸ ਨਸ਼ਾ ਬੰਦ ਕਰ ਦੂਗੀ ਜੇਕਰ ਪੰਜਾਬ ਪੁਲਿਸ ਨੇ ਨਸ਼ਾ ਬੰਦ ਕਰਨਾ ਹੁੰਦਾ ਤਾਂ ਝੋਟੇ ਤੇ ਝੂਠੇ ਪੁਲਿਸ ਦੇ ਪਰਚੇ ਨਹੀਂ ਸੀ ਦਰਜ ਹੋਣੇ ਜਿਹੜਾ ਏ ਡੀਜੀਪੀ ਕੱਲਾ ਕਰਦਾ ਸੀ ਕਿ ਝੋਟੇ ਤੇ ਐਨੇ ਪਰਚੇ ਐ ਝੋਟੇ ਤੇ ਝੂਠੇ ਪਰਚੇ ਵੀ ਦਰਜ ਕਰਾ ਲੈ ਤੇ ਪਰਚੇ ਦਰਜ ਕਰਨ ਵਾਲੇ ਵੀ ਮੁਕਰ ਗਏ ਪਰ ਅੱਜ ਪੰਜਾਬ ਪੁਲਿਸ ਦਾ ਉਹ ਡੀਜੀਪੀ ਕਿੱਥੇ ਅਨੂਮੂਹ ਦਿਖਾਉਣ ਦੇ ਲੈ ਕੇ ਕੀ ਕਹੇਗਾ ਉਹ ਤੇ ਮੈਂ ਬੇਨਤੀ ਕਰਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ 3 ਮਹੀਨੇ ਚ ਚਿੱਟਾ ਨਸ਼ਾ ਬੰਦ ਕਰ ਦਿਆਂਗੇ ਅੱਜ ਨਸ਼ੇ ਦਾ ਕੀ ਹਾਲ ਹੈ ਤੇ ਜਿਹੜੇ ਝੋਟੇ ਦੇ ਡੋਪ ਟੈਸਟ ਕਰਾਉਂਦੇ ਫਿਰਦੇ ਐ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜੇ ਤੁਸੀਂ ਡੋਪ ਟੈਸਟ ਕਰਾਉਣੇ ਆ ਤਾਂ ਆਪਦੇ ਮੁੱਖ ਮੰਤਰੀ ਦਾ ਕਰਾਓ ਪਹਿਲਾਂ ਝੋਟੇ ਦੇ ਝੋਟੇ ਦੇ ਡੋਪ ਟੈਸਟ ਕਰਾਉਣਿਓ ਮੁੱਖ ਮੰਤਰੀ ਦਾ ਕਰਾਓ ਆਪਦੇ ਮੰਤਰੀਆਂ ਦੇ ਕਰਾਓ ਆਪਦੀ ਪੁਲਿਸ ਤੇ ਅਫਸਰਾਂ ਦੇ ਕਰਾਓ ਜੇ ਡੋਪ ਟੈਸਟ ਕਰਾਉਣਿਓ ਉਹ ਕੋਈ ਮੁਲਾਜ਼ਮ ਨਹੀਂ ਉਹ ਕੋਈ ਨਮਾਇੰਦਾ ਨਹੀਂ ਉਹ ਇੱਕ ਸਮਾਜ ਦਾ ਇੱਕ ਕਾਰਕਟਰ ਉਹ ਸਮਾਜ ਦਾ ਸਮਾਜਿਕ ਸੇਵੀ ਹੈ ਜਿਹੜਾ ਸਾਡੇ ਬੱਚਿਆਂ ਨੂੰ ਬਚਾਉਣਾ ਚਾਹੁੰਦਾ ਹੈ ਤੇ ਮੈਂ ਇੱਕੋ ਹੀ ਬੇਨਤੀ ਕਰਕੇ ਮਾਫੀ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਬੱਚੇ ਬਚਾਉਣਿਓ ਆਹ ਭਾਈ ਰੂਪੇ ਸਾਈਂ ਦੇ ਉੱਤੇ ਆਹ ਬੁਰਜਕਲ ਸਾਹਿਬ ਬੈਠੇ ਹੈ ਇੱਥੇ ਕਮੇਟੀਆਂ ਬਣੀਆਂ ਸਖਤ ਇਹਨਾਂ ਨੇ ਨਸ਼ਾ ਬੰਦ ਕਰਤਾ ਮੈਂ ਇਕੱਲੀ ਕਿਸੇ ਕੰਮ ਦੇ ਵਿੱਚ ਰਾਮਪੁਰੇ ਫੂਲ ਥਾਣੇ ਦੇ ਵਿੱਚ ਗਿਆ ਉਹ ਕਹਿੰਦੇ ਵੀ ਸਾਡੇ ਪਿਛਲੇ ਦਿਨਾਂ ਦੀ 15 ਦਿਨਾਂ ਦੀ ਕ੍ਰਾਈਮ ਰਿਪੋਰਟ ਹੈ ਕਿ ਸਾਡੇ ਕੋਈ ਚੋਰੀ ਨਹੀਂ ਹੋਈ ਸਾਡੇ ਕਿਸੇ ਦੀ ਚੈਨ ਨਹੀਂ ਪੱਤੀ ਗਈ ਸਾਡੇ ਕਿਸੇ ਨਾਲ ਕਿਸੇ ਨੇ ਕਿਸੇ ਦੇ ਘਰੋਂ ਪਾਲਟ ਫਾਰਮ ਨਹੀਂ ਲਿਆ ਜ਼ਿੰਮੇਦਾਰ ਦਿਓ ਕਿਉਂਕਿ ਸਾਰੇ ਨਸ਼ੇ ਵਾਲੇ ਕਰਦੇ ਆ ਤੇ ਮੈਂ ਬੇਨਤੀ ਕਰਾਂਗਾ ਇਹੀ ਝੋਟੇ ਨੂੰ ਅੱਜ ਆਪਣੀ ਆਵਾਜ਼ ਹੋਵੇਗੀ ਕਿ ਆਪਾਂ ਹਰ ਪਿੰਡ ਦੇ ਵਿੱਚ ਸਖਤ ਨਸ਼ਾ ਕਮੇਟੀਆ ਬਣਾ ਕੇ ਜਿਹੜਾ ਇਹ ਪ੍ਰਸ਼ਾਸਨ ਨੇ ਛੋਟੇ ਨੂੰ ਅੰਦਰ ਕਰਿਆ ਨਾ ਇਹ ਤਾਂ ਇਹ ਕਹਿਣਗੇ ਕਿ ਸਾਡੀਆਂ ਦੁਕਾਨਦਾਰੀਆਂ ਬੰਦ ਕਰਤੀਆਂ ਉਸ ਤਾਂ ਪੰਗਾ ਲੈ ਰਿਆ ਛੋਟੇ ਨੂੰ ਅੰਦਰ ਕਰਕੇ ਤੇ ਅਸੀਂ ਛੋਟੇ ਦੇ ਨਾਂ ਤੇ ਪਿੰਡ ਪਿੰਡ ਕਮੇਟੀਆ ਬਣਾਈਏ ਮੈਂ ਅਖੀਰ ਦੇ ਵਿੱਚ ਇੱਕੋ ਹੀ ਨਾਰਾ ਲਾਵਾਗਾ ਤੇ ਮੈਨੂੰ ਆਸ ਹੈ ਕਿ ਉਹ ਨਾਰਾ ਪਿੰਡ ਪਿੰਡ ਪਹੁੰਚੇਗਾ ਮੈਂ ਕਹੂੰਗਾ नशा गली गली है गी कहना ना कुत्ती रली, रली है नशा गली गली है नशा गली गली है नशा गली गली है, है। वाहे गुरु जी का खालसा वाहेगुरु जी की फतेह